ਕੀ ਵੈਲਕਮ ਤੁਹਾਡਾ ਸਾਡੇ ਅੱਜ ਦੇ ਇੱਕ ਨਿਊ ਵਲੌਗ 'ਚ। ਅਤੇ ਅੱਜ ਦੇ ਆਪਾਂ ਨਿਊ ਵਲੌਗ 'ਚ ਮਹਿੰਦਰਾ ਆਪਣਾ ਜਿਹੜਾ ਟਰੈਕਟਰ ਸੀ ਤੁਸੀਂ ਵੇਖਿਆ ਹੀ ਆਪਣਾ ਟੋਚਣ ਪਾਇਆ ਸੀ ਜਿਹਦੇ ਨਾਲ ਉਹਦੇ ਆਪਾਂ ਟਾਇਰ ਅੱਜ ਬਾਹਰ ਕੱਢਾਂਗੇ ਅਤੇ ਵਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ। ਉਹ ਆਪਾਂ ਆਪ ਹੀ ਕੱਢਾਂਗੇ ਟਾਇਰ ਬਾਹਰ ਅਤੇ ਵਿਖਾਉਣੇ ਤੁਹਾਨੂੰ ਨਾਲ ਦੀ ਨਾਲ। ਤੁਸੀਂ ਦੇਖ ਹੀ ਸਕਦੇ ਆਪਣਾ ਟਰੈਕਟਰ ਅਤੇ ਆਪਾਂ ਹੁਣ ਇਹਦੇ ਟਾਇਰ ਵੀ ਬਾਹਰ ਕੱਢਾਂਗੇ। ਅਤੇ ਆਹ ਜਿਹੜੇ ਮੋਸਟਰ ਟਾਇਰ ਆਪਣੇ ਆਸ਼ਰ 485 ਦੇ ਉਹ ਵੀ ਇਹਨੂੰ ਕੱਸ ਕੇ ਮੱਸਿਆ ਚੱਲਾਂਗੇ। ਉਹ ਵੀ ਤੁਹਾਨੂੰ ਵਲੌਗ ਜਲਦੀ ਵੇਖਣ ਨੂੰ ਮਿਲੂਗਾ। ਅਤੇ ਆਪਾਂ ਪੈਪ ਵੀ ਇਹਦੀ ਕੱਸ ਦਾਂਗੇ ਇਹਦੇ 'ਤੇ। ਅਤੇ ਆਪਾਂ ਹੌਲੀ ਹੌਲੀ ਇਹਦੇ 'ਚ ਬਹੁਤ ਮੋਡੀਫਿਕੇਸ਼ਨਾਂ ਕਰਾਂਗੇ। ਅਤੇ ਸਾਰੇ ਤੁਸੀਂ ਨਾਲ ਦੀ ਨਾਲ ਵਲੌਗ ਵੇਖਦੇ ਜਾਇਓ। ਅਤੇ ਜੈਕ ਜੁੱਕ ਆਪਾਂ ਲਿਆਉਂਦੇ ਹਾਂ ਅਤੇ ਵਿਖਾਉਣੇ ਤੁਹਾਨੂੰ ਨਾਲ ਦੀ ਨਾਲ ਜੀ। ਅਤੇ ਆਪਾਂ ਹੁਣ ਉਹ ਦੁਕਾਨ ਤੋਂ ਜੈਕ ਜੁੱਕ ਚੱਕਦੇ ਹਾਂ ਅਤੇ ਫਿਰ ਆਪਾਂ ਕਰਦੇ ਹਾਂ ਟਾਇਰ ਪੁੱਠੇ ਬਾਹਰ ਕੱਢਦੇ ਹਾਂ ਮੇਰੇ ਮਿੱਤਰੋ। ਅਤੇ ਤੁਸੀਂ ਵੇਖਿਓ ਵਲੌਗ ਫੁੱਲ ਘੈਂਟ ਵਲੌਗ। ਅਤੇ ਹੁਣ ਆਪਾਂ ਦੁਕਾਨ ਖੋਲ੍ਹ ਲਈ ਆ ਅਤੇ ਚੱਕਦੇ ਹਾਂ ਜੈਕ ਜੁੱਕ ਅਤੇ ਫਿਰ ਆਪਾਂ ਖੋਲ੍ਹਦੇ ਹਾਂ ਟਾਇਰ। ਅੱਛਾ ਸਨੇ ਟਰਾਲੀ ਚੱਕ ਦੋ ਹੈ ਬਾਪੂ ਜੈਕ। ਗੁੜਕਾ ਲੈ ਜਾਂਦੇ ਇੱਕ ਤਾਂ ਬਾਪਿਓ ਪਾਨਾ ਤਾਂ ਮਿਲਿਆ ਨੀ। ਹੁਣ ਆਪਾਂ ਤਾਏ ਘਰੋਂ ਚੱਲੇ ਢਾਣੀ ਤੋਂ ਲੈਣ। ਜੀ ਤੇ ਬਹੁਤ ਮਿਹਨਤ ਤੋਂ ਬਾਅਦ ਆਪਣੇ ਪਾਨਾ ਹੋਣ ਲੱਗਿਆ ਟਰੈਕਟਰ ਨੂੰ। ਆਹ ਵੇਖੋ ਚਾਰ ਪੰਜ ਪਾਨੇ ਇੱਥੇ ਪਏ ਆ ਤੇ ਆਲਾ ਪਾਨਾ ਮਸਾ ਹੀ ਲੱਗਿਆ ਟਰੈਕਟਰ ਨੂੰ। ਤੇ ਹੁਣ ਆਪਾਂ ਖੋ ਰਹੇ ਆ। ਨਾਟ ਵੈਰੀ ਗੁੱਡ ਨਾਈ ਪਰਸਨ ਮੁੰਡੇ ਕਹਿੰਦੇ ਪੂਰੇ ਸੋਹਣੇ ਸਰਦਾਰ ਸੁਨੱਖੇ ਪੈਰ ਖੋਲ ਰਹੇ ਨੇ। ਆਹ ਵੇਖੋ ਇੱਕ ਆਹ ਸੋਹਣਾ ਮੁੰਡਾ। ਸੋਹਣੇ ਮੁੰਡੇ ਤਾਂ ਬਹੁਤ ਆ ਇੱਥੇ ਪਿੰਡ ਪੰਜਾਬ ਵਿੱਚ। ਮਾਰ ਬੱਕਾ ਮਾਰ ਬੱਕਾ ਫੜੀਚੇ ਵੀ ਸੋਹਣੇ ਮੁੰਡੇ ਅੱਜ ਆ ਝੋਟੇ ਦੇ ਆਪਾਂ ਟਾਇਰ ਉਹਦੇ ਕੱਸ ਕੇ ਵੇਖਾਂਗੇ ਜੇ ਕਸੀਜ ਗਏ ਤਾਂ। ਤੇ ਆਹ ਪੈਪ ਆਪਾਂ ਪਾ ਕੇ ਅੱਜ ਹੀ ਤੁਹਾਨੂੰ ਮੜੀ ਆਵਾਜ਼ ਸੁਣਾਵਾਂਗੇ ਆਪਾਂ। ਤੇ ਤੁਸੀਂ ਨਾਲ ਦੀ ਨਾਲ ਆਪਣਾ ਵਲੌਗ ਪੂਰਾ ਇੰਜੋਏ ਕਰਿਓ ਤੇ ਆਪਣੇ 10,000 ਸਬਸਕ੍ਰਾਈਬ ਕਰੋ ਨਾ ਤੇ ਆਪਾਂ ਤੁਹਾਨੂੰ ਬਹੁਤ ਵੱਡਾ ਉਹ ਦੇਣਾ ਸਲਾਮ ਮੁੰਡਿਆਂ। ਤੇ ਆਪਾਂ ਕੱਢ ਦਈਏ ਬਾਹਰ ਮਹਿੰਦਰੇ ਦੇ ਵੀ ਟਾਇਰ ਹੌਲੀ ਹੌਲੀ ਆਪਾਂ ਬਹੁਤ ਇਹਦੀ ਮੋਡੀਫਿਕੇਸ਼ਨ ਕਰਾਂਗੇ। ਤੁਸੀਂ ਵੇਖ ਹੀ ਜਾਇਓ ਪਾਣੀ ਲਿਆ ਜੋਰਾ ਸਿੰਘ ਆਈ ਦਾ ਨਾਮ ਜੋਰਾ ਸਿੰਘ ਵਾਰ ਆਈ ਕਿਹੜੀ ਆ ਸੰਦਰ ਸਪੱਟੇ ਤਾਂ ਸਾਰੀ ਅੱਜ ਆਪਣੇ ਕੋਲ ਪਲੇਟ ਪੁੱਠੀ ਕਰਦੇ ਆ ਤੇ ਵਿਖਾਉਣੇ ਤਾਂ ਨਾਲ ਦੀ ਨਾਲ। ਓ ਮਾਈ ਗੋਡ ਪਾੜ ਗਿਆ ਪੈਰ ਪਾੜ ਗਿਆ। ਹਾਂਜੀ ਤੇ ਆਪਾਂ ਖੋਲਣ ਲੱਗੇ ਆ ਪਲੇਟ ਵਾਲੇ ਨਾਲ ਥੋੜੀ ਲਿਆ ਬਈ ਮੁੰਡਿਆ ਜੀ। ਤੇ ਮਿੱਤਰੋ ਆਪਣੇ ਤੋਂ ਟਾਇਰ ਨਹੀਂ ਬਾਹਰ ਨਿਕਲੇ ਕਿਉਂਕਿ ਆਹ ਜਿਹੜੇ ਨਾੜ ਸੀ ਆਲੇ ਇਹ ਖੁੱਲਦੇ ਨੀ ਤੇ ਟਾਇਰ ਬਹੁਤ ਨੇ। ਤੇ ਆਪਾਂ ਹੁਣ ਮਿਸਤਰੀ ਤੋਂ ਹੀ ਖਲਾਵਾਂਗੇ। ਇਸ ਵਲੌਗ 'ਚ ਤਾਂ ਟਾਇਰ ਬਾਹਰ ਨਹੀਂ ਕੱਢੇ ਮਹਿੰਦਰੇ ਦੇ, ਆਪਾਂ ਅਗਲੇ ਵਲੌਗ 'ਚ ਟਾਇਰ ਬਾਹਰ ਕੱਢਾਂਗੇ।
ਤੇ ਨਾਲੇ ਉਦੋਂ ਅਗਲਾ ਵਲੌਗ ਆਪਾਂ ਪਾਵਾਂਗੇ ਟੋਚਨਾ 'ਤੇ ਅਤੇ ਤੁਸੀਂ ਫਿਰ ਦੇਖਿਓ ਟੋਚਨਾ 'ਤੇ ਵਲੌਗ ਆਉਣੇ ਆ ਅਗਲੇ ਜਿੰਨੇ ਵੀ ਆਉਣਗੇ ਅਤੇ ਨਾਲੇ ਮਹਿੰਦਰੇ ਦੇ ਆਪਾਂ ਆਹ ਟਾਇਰ ਕੱਸਾਂਗੇ ਇਹਦੇ ਵਾਲੇ ਹੋਰ ਵੀ ਹੁੰਦੇ ਕੁਛ ਕੱਸਾਂਗੇ ਉਹ ਤੁਹਾਨੂੰ ਅਗਲੇ ਵਲੌਗ 'ਚ ਪਤਾ ਲੱਗ ਜੂਗਾ। ਚਲੋ ਇੱਥੇ ਆਪਾਂ ਅੱਜ ਦਾ ਵਲੌਗ ਐਂਡ ਕਰਦੇ ਹਾਂ ਜੀ।